ਆਹ ਦੇਖ ਲਓ ਲੁਟੇਰਿਆਂ ਦੇ ਹਾਲ, ਹੁਣ ਲੋਕਾਂ ਦਾ ਘਰ ਦੇ ਬਾਹਰ ਬੈਠਣਾ ਵੀ ਮੁਸ਼ਕਲ ਕਰ ਦਿੱਤਾ। ਦਰਅਸਲ ਸ਼ਾਮ ਨੂੰ ਅਕਸਰ ਦੇਖਿਆ ਜਾਂਦਾ ਕਿ ਲੋਕ ਘਰ ਦੇ ਬਾਹਰ ਬੈਠ ਕੇ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਨੇ, ਪਰ ਹੁਣ ਇਹ ਵੀ ਹੁਣ ਘਰ ਦੇ ਬਾਹਰ ਬੈਠਣਾ ਮੁਸ਼ਕਲ ਕਰ ਦਿੱਤਾ, ਕਿਉਂਕਿ ਘਰ ਦੇ ਬਾਹਰ ਬੈਠੀਆਂ ਔਰਤਾਂ ਦੇ ਕੋਲੋਂ ਹੁਣ ਝਪਟਮਾਰਾਂ ਦੇ ਵੱਲੋਂ ਸੋਨੇ ਦੀ ਚੈਨ ਖੋਈ ਗਈ ਹੈ ਤੇ ਘਟਨਾ CCTV ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਕਿ ਦੋ ਔਰਤਾਂ ਘਰ ਦੇ ਬਾਹਰ ਬੈਠ ਕੇ ਬੜੀ ਆਰਾਮ ਨਾਲ ਗੱਲਾਂ ਕਰ ਰਹੀਆਂ ਨੇ ਤੇ ਨਾਲ ਹੀ ਇੱਕ ਪਾਸੇ ਇੱਕ ਮਜ਼ਦੂਰ ਵੀ ਬੈਠਾ ਕੰਮ ਕਰ ਰਿਹਾ। ਸ਼ਾਇਦ ਇਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਕਿ ਹੁਣ ਕੁਝ ਸੈਕਿੰਡਾਂ ਦੇ ਵਿੱਚ ਜੋ ਇਹਨਾਂ ਦੇ ਨਾਲ ਹੋਣ ਵਾਲਾ ਉਹ ਹਮੇਸ਼ਾ ਦੇ ਲਈ ਉਹਨਾਂ ਨੂੰ ਯਾਦ ਰਹੇਗਾ। ਜੀ ਹਾਂ, ਦੱਸ ਦਈਏ ਕਿ ਦੋ ਬਦਮਾਸ਼ ਕਿਹਾ ਜਾ ਸਕਦਾ, ਝਪਟਮਾਰ ਕਿਹਾ ਜਾ ਸਕਦਾ, ਇਹਨਾਂ ਨੂੰ ਬਾਈਕ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ। ਪਹਿਲਾਂ ਤਾਂ ਔਰਤ ਦੇ ਕੋਲੋਂ ਕਿਸੇ ਦਾ ਪਤਾ ਪੁੱਛਿਆ ਜਾਂਦਾ ਹੈ, ਪਰ ਜਿਵੇਂ ਹੀ ਔਰਤ ਦੇ ਵੱਲੋਂ ਉਸਦਾ ਪਤਾ ਦੱਸਿਆ ਜਾਂਦਾ ਹੈ ਤਾਂ ਗੱਲਾਂ ਦੇ ਵਿੱਚ ਲਾ ਕੇ ਉਸਦਾ ਧਿਆਨ ਹਟਾ ਕੇ ਉਸਦੇ ਗਲ ਦੇ ਵਿੱਚ ਪਾਈ ਸੋਨੇ ਦੀ ਚੈਨ ਝਪਟ ਕੇ ਫਰਾਰ ਹੋ ਜਾਂਦੇ ਨੇ ਤੇ ਘਟਨਾ ਕੋਲ ਹੀ ਲੱਗੇ ਇੱਕ CCTV ਦੇ ਵਿੱਚ ਵੀ ਕੈਦ ਹੋਈ ਹੈ, ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਦੋਂ ਦੋਵੇਂ ਸਨੈਚਰ ਭੱਜਦੇ ਨੇ ਤਾਂ ਔਰਤਾਂ ਦੇ ਵੱਲੋਂ ਗਲੀ ਦੇ ਵਿੱਚ ਹੀ ਸ਼ੋਰ ਸ਼ਰਾਬਾ ਕੀਤਾ ਜਾਂਦਾ, ਹਾਲਾਂਕਿ ਲੋਕ ਫਿਰ ਵੀ ਬਾਹਰ ਨਹੀਂ ਆਉਂਦੇ ਤੇ ਦੋਵੇਂ ਝਪਟਮਾਰ ਬਾਈਕ ਦੇ ਉੱਤੇ ਸਵਾਰ ਹੋ ਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ, ਕਿਉਂਕਿ ਲੋਕਾਂ ਦਾ ਹੁਣ ਘਰ ਦੇ ਬਾਹਰ ਬੈਠਣਾ ਵੀ ਬੇਹੱਦ ਮੁਸ਼ਕਿਲ ਕਰ ਦਿੱਤਾ ਹੈ। ਤਾਂ ਖਬਰ UP ਦੇ ਅਮਰੋਹਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਘਰ ਦੇ ਬਾਹਰ ਬੈਠੀ ਔਰਤ ਦੇ ਗਲ ਦੇ ਵਿੱਚੋਂ ਸੋਨੇ ਦੀ ਚੈਨ ਝਪਟੀ ਗਈ ਹੈ, ਜਦਕਿ ਇਹ ਇੱਕ ਭੀੜ ਭਾੜ ਵਾਲਾ ਇਲਾਕਾ ਦੱਸਿਆ ਜਾ ਰਿਹਾ ਹੈ, ਤੰਗ ਗਲੀਆਂ ਨੇ ਇੱਥੋਂ ਦੀਆਂ ਤੇ ਫਿਰ ਵੀ ਬਦਮਾਸ਼ਾਂ ਦੇ ਵੱਲੋਂ ਲਗਾਤਾਰ ਆਪਣੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਂ ਤਸਵੀਰ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਦੋ ਔਰਤਾਂ ਬੈਠ ਕੇ ਗੱਲਾਂ ਕਰ ਰਹੀਆਂ ਨੇ, ਇੰਨੇ ਦੇ ਵਿੱਚ ਹੀ ਦੋ ਬਾਈਕ ਸਵਾਰ ਆਉਂਦੇ ਨੇ। ਹਾਲਾਂਕਿ ਆਉਂਦੇ ਸਾਰ ਹੀ ਔਰਤ ਦੇ ਕੋਲੋਂ ਪਹਿਲਾਂ ਤਾਂ ਕਿਸੇ ਦਾ ਪਤਾ ਪੁੱਛਿਆ ਜਾਂਦਾ, ਪਰ ਜਿਵੇਂ ਹੀ ਔਰਤ ਉਸਦਾ ਪਤਾ ਦੱਸਦੀ ਹੈ ਤਾਂ ਉਸਨੂੰ ਗੱਲਾਂ ਦੇ ਵਿੱਚ ਲਾਉਂਦੇ ਹੋਏ ਜਦੋਂ ਉਸਦਾ ਧਿਆਨ ਹਟਾ ਦਿੰਦੇ ਨੇ ਤੇ ਗਲ ਦੇ ਵਿੱਚੋਂ ਸੋਨੇ ਦੀ ਚੈਨ ਕੱਢ ਕੇ ਫਰਾਰ ਹੋ ਜਾਂਦੇ ਨੇ ਤੇ ਇਹ ਤਸਵੀਰ CCTV ਦੇ ਵਿੱਚ ਕੈਦ ਹੋਈ ਹੈ। ਹਾਲਾਂਕਿ ਜੋ ਕੋਲ ਹੀ ਬੈਠਾ ਇੱਕ ਮਜ਼ਦੂਰ ਹੈ ਉਹ ਵੀ ਭੱਜ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ, ਪਰ ਬਾਈਕ ਦੀ ਸਪੀਡ ਕਿਹਾ ਜਾ ਰਿਹਾ ਕਿ ਕਾਫੀ ਜ਼ਿਆਦਾ ਤੇਜ਼ ਹੋਣ ਕਰਕੇ ਉਹਨਾਂ ਨੂੰ ਫੜਿਆ ਨਹੀਂ ਜਾ ਸਕਿਆ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਅਮਰੋਹਾ ਤੋਂ ਇਹ ਮਾਮਲਾ ਸਾਹਮਣੇ ਆਇਆ।